ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਖੰਨਾ ਦੇ ਵਿੱਚ ਲੱਗੇ ਹੋਏ ਕਰਫਿਊ ਦੀਆਂ ਤਸਵੀਰਾਂ ਨੇ। ਕਰਫਿਊ ਦੇ ਦੌਰਾਨ ਜਦੋਂ ਲੋਕਾਂ ਨੂੰ ਕੁਝ ਜ਼ਰੂਰੀ ਸਮਾਨ ਖਰੀਦਣ ਦੇ ਲਈ ਢਿੱਲ ਕੀ ਦਿੱਤੀ ਜਾਂਦੀ ਹੈ ਅਤੇ ਲੋਕ ਕਰੋਨਾ ਦਾ ਡਰ ਛੱਡ ਕੇ ਇੱਕ ਦੂਜੇ ਦੇ ਨਾਲ ਲੱਗ ਕੇ ਇਸ ਤਰ੍ਹਾਂ ਖੜ ਜਾਂਦੇ ਨੇ ਜਿੱਦਾਂ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਮਾਮਲਾ ਹੀ ਨਾ ਆਇਆ ਹੋਵੇ। ਕਰੋਨਾ ਵਾਇਰਸ ਇੱਕ ਅਜਿਹਾ ਵਾਇਰਸ ਹੈ ਜਿਸ ਨਾਲ ਕਈ ਮੁਲਕ ਹੁਣ ਤੱਕ ਬਰਬਾਦੀ ਦੇ ਆਲਮ ਤੱਕ ਪਹੁੰਚ ਚੁੱਕੇ ਨੇ। ਹਰ ਰੋਜ਼ ਹਜ਼ਾਰਾਂ ਕੀਮਤੀ ਜਾਨਾਂ ਕਰੋਨਾ ਵਾਇਰਸ ਦੇ ਕਾਰਨ ਜਾ ਰਹੀਆਂ ਨੇ, ਪਰ ਸ਼ਾਇਦ ਸਾਡੇ ਲੋਕ ਇਸ ਗੱਲ ਨੂੰ ਸਮਝਣ ਦੇ ਲਈ ਤਿਆਰ ਹੀ ਨਹੀਂ ਨੇ। ਖੰਨਾ ਦੀ ਇਸ ਮੰਡੀ ਦੇ ਵਿੱਚ ਜਦੋਂ ਭੀੜ ਭਾੜ ਦੇ ਬਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਉਹ ਵੀ ਤੁਸੀਂ ਸੁਣ ਲਓ। ਅਸਰ ਦੇਖੋ ਇੱਦਾਂ ਹੈ, ਹੁਣ ਗਾਹਕ ਆਉਂਦੇ ਹੈ ਜੀ, ਗਾਹਕ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦਾ ਹੈਗਾ। ਸੋਸ਼ਲ ਡਿਸਟੈਂਸ ਜਿਹੜਾ ਇੱਥੇ ਹੈਗਾ ਨਹੀਂ ਹੋ ਪਾ ਰਿਹਾ, ਨਾ ਇਹ ਹੋਣਾ। ਜਿੱਥੇ ਕੱਟ ਹੋਊਗਾ ਉੱਥੇ ਕਦੇ ਵੀ ਨਹੀਂ ਐਵੇਂ ਦਾ ਮਤਲਬ ਸੋਸ਼ਲ ਡਿਸਟੈਂਸ ਜਿਹੜਾ ਹੋ ਸਕਦਾ, ਇਹ ਨਹੀਂ ਹੋਏਗਾ। ਜਿੱਥੇ ਕੱਟ ਹੈ, ਕੱਟ ਸਵੇਰੇ ਦੇਖੋ ਕਿੰਨਾ ਆਉਂਦਾ ਇੱਥੇ। ਅਤੇ ਕਰੋਨਾ ਵਾਇਰਸ ਨੂੰ ਇੱਦਾਂ ਆਪਾਂ ਭਜਾ ਸਕਦੇ ਹਾਂ? ਪਰ ਇਸ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਭੱਜੂਗਾ, ਇਹ ਤਾਂ ਹੋਰ ਵਧੂਗਾ ਇਹਦੇ ਵਿੱਚ। ਹਜੇ ਤਾਂ ਜਿਹੜੇ ਆਉਣ ਵਾਲੇ 15 ਦਿਨ ਨੂੰ ਜਿਹੜੇ ਰਿਜ਼ਲਟ ਵੈਸੇ ਆਉਣੇ ਹੈਗੇ ਹੈ, ਆਪਾਂ ਨੂੰ ਜਿਹੜਾ ਡਿਸਟੈਂਸ ਚਾਹੀਦਾ ਸੀਗਾ ਹੈਗਾ ਉਹ ਨਹੀਂ ਹੋ ਪਾ ਰਿਹਾ ਹੈਗਾ। ਜਿਹੜੇ ਹੁਣ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਫਿਰ ਪਤਾ ਲੱਗੂਗਾ ਆਪਾਂ ਕਿੱਥੇ ਖੜ੍ਹੇ ਹਾਂ। ਜੇ ਹਜੇ ਵੀ ਆਪਾਂ ਨਾ ਆਪਣਾ ਬਚਾਅ ਕਰ ਸਕੇ ਤਾਂ ਮੈਨੂੰ ਤਾਂ ਫਿਰ ਉੱਪਰ ਵਾਲੇ ਦੀ ਆਪਾਂ ਤਾਂ ਜੋੜਦੇ ਹਾਂ, ਉਹੀ ਜੋ ਕਰੇਗਾ ਉਹਦੇ ਵਿੱਚ ਹੀ ਭਲਾ ਸਮਝਾਂਗੇ ਆਪਾਂ। ਕਿਆ ਨਾਮ ਜੀ ਤੁਹਾਡਾ? ਮੇਰਾ ਨਾਮ ਸੁਧੀਰ ਕੁਮਾਰ ਜੀ। ਸੁਧੀਰ ਜੀ, ਸਬਜ਼ੀ ਮੰਡੀ ਦੇ ਵਿੱਚ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਹੋ ਪਾਉਂਦੀ ਹੈ? ਨਹੀਂ ਨਹੀਂ, ਇੱਥੇ ਮੁਸ਼ਕਲ ਹੈ, ਸਬਜ਼ੀ ਮੰਡੀ ਸੋਸ਼ਲ ਡਿਸਟੈਂਸਿੰਗ ਨਹੀਂ ਹੋ ਸਕਦੀ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ, ਮੁਸ਼ਕਲ ਹੈ। ਅਤੇ ਕਰਫਿਊ ਦਾ ਕੀ ਮਤਲਬ ਹੈ? ਇੱਥੇ ਦੇਖੋ ਜੀ, ਜਿਹੜਾ ਹਾਲਾਤ ਨੇ ਲੋਕਾਂ 'ਚ ਤਾਂ ਕਰਫਿਊ ਦਾ ਕੋਈ ਸੀਨ ਰਹਿ ਨਹੀਂ ਜਾਂਦਾ ਹੈਗਾ ਕਿਉਂਕਿ ਲੋਕ ਬਹੁਤ ਜ਼ਿਆਦਾ ਨੇ, ਭੀੜ ਜ਼ਿਆਦਾ ਹੋ ਜਾਂਦੀ ਹੈ ਅਤੇ ਲੰਘਣ ਨੂੰ ਰਸਤਾ ਵੀ ਹੁੰਦਾ, ਕੋਈ ਕਿੱਧਰੋਂ ਆ ਕੇ ਟੱਚ ਕਰਦਾ, ਕਿੱਧਰੋਂ ਆ ਕੇ ਟੱਚ ਕਰਦਾ, ਕਰਫਿਊ ਵਾਲਾ ਕੋਈ ਸੀਨ ਨਹੀਂ ਹੈ ਇੱਥੇ। ਜੇ ਅਜਿਹੇ ਦੇ ਵਿੱਚ ਕਰੋਨਾ ਵਾਇਰਸ ਦਾ ਕੋਈ ਪੇਸ਼ੈਂਟ ਆ ਜਾਂਦਾ ਜਾਂ ਕਿਸੇ ਨੂੰ ਇਨਫੈਕਟਡ ਆ ਜਾਂਦਾ ਤਾਂ ਕੀ ਹੋਏਗਾ? ਇਹ ਤਾਂ ਫਿਰ ਬਹੁਤ ਲੋਕਾਂ ਦਾ ਨੁਕਸਾਨ ਹੋ ਸਕਦਾ ਜੀ, ਕਿਉਂਕਿ ਇਹ ਕਰੋਨਾ ਨੇ ਕੋਈ ਦੇਖਣਾ ਥੋੜ੍ਹੀ, ਅਮੀਰ ਗਰੀਬ ਥੋੜ੍ਹੀ ਦੇਖਣਾ, ਉਹਨੇ ਤਾਂ ਫਿਰ ਸਭ ਦਾ ਮੰਡੀ ਦਾ ਕਾਂਡ ਕਰਕੇ ਨਿਕਲ ਜਾਣਾ। ਅਤੇ ਲੁਧਿਆਣਾ ਮੰਡੀ ਬੰਦ ਹੈ, ਮੋਗਾ ਮੰਡੀ ਬੰਦ ਹੈ, ਕਿ ਖੰਨਾ ਮੰਡੀ ਦੇ ਵਿੱਚ ਨਹੀਂ ਇੱਦਾਂ ਦਾ ਕੁਛ ਹੋ ਸਕਦਾ? ਮੰਡੀ ਬੰਦ ਹੋ ਸਕਦੀ ਹੈ, ਪ੍ਰਸ਼ਾਸਨ ਨਾਲ ਸਹਿਯੋਗ ਕਰਦੇ, ਮੰਡੀ ਬੰਦ ਕਰਨ ਨੂੰ ਅਸੀਂ ਤਿਆਰ ਹਾਂ ਸਬਜ਼ੀ ਮੰਡੀ ਵਾਲੇ। ਪ੍ਰਸ਼ਾਸਨ ਕੀ ਕਹਿ ਰਹੇ? ਪ੍ਰਸ਼ਾਸਨ ਕਹਿੰਦਾ ਅਸੀਂ ਲੋਕਾਂ ਤੱਕ ਸਬਜ਼ੀ ਪਹੁੰਚਾਉਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਲੋਕ ਫਿਰ ਤਰਾਈ ਤਰਾਈ ਕਰਨਗੇ, ਜੇ ਤੁਸੀਂ ਮੰਡੀ ਬੰਦ ਕਰੋਗੇ ਫਿਰ ਅਸੀਂ ਅਤੇ ਜੋਮੈਟੋ ਤੋਂ ਜਾਂ ਫਿਰ ਲੈਂਸ ਤੋਂ ਕੰਮ ਕਰਾਵਾਂਗੇ, ਫਿਰ ਸਬਜ਼ੀ ਤਾਂ ਲੋਕਾਂ ਨੂੰ ਪਹੁੰਚਾਉਣੀ ਹੈ। ਕਿਉਂਕਿ ਉਹ ਵਧੀਆ ਨਹੀਂ ਹੈ ਹੋਮ ਡਿਲੀਵਰੀ? ਹੋਮ ਡਿਲੀਵਰੀ ਪਰ ਸਬਜ਼ੀ ਦੀ, ਸਬਜ਼ੀ ਵਾਲੇ ਮੰਡੀ ਵਾਲੇ ਨਹੀਂ ਨਾ ਕਰ ਸਕਦੇ ਹੈਗੇ ਕਿਉਂਕਿ ਇੱਥੇ ਤਾਂ ਸਬਜ਼ੀ ਇਕੱਲਾ ਇਕੱਲਾ, ਕੋਈ ਦੁਨੀਆ ਕਿੱਧਰੋਂ ਆ ਰਹੀ, ਕੋਈ ਕਿਹੜੇ ਪਿੰਡਾਂ 'ਚੋਂ ਆ ਰਿਹਾ, ਕੋਈ ਕਿਹੜੇ ਕਿੱਥੋਂ ਆ ਰਿਹਾ, ਇਸ ਕਰਕੇ ਸਬਜ਼ੀ ਮੰਡੀ ਵਾਲੇ ਹੋਮ ਡਿਲੀਵਰੀ ਕਰਨਾ ਬਹੁਤ ਮੁਸ਼ਕਿਲ ਹੈ। ਦੇਖੋ ਜੀ, ਕੋਸ਼ਿਸ਼ ਤਾਂ ਅਸੀਂ ਬਹੁਤ ਕਰੀ ਜਾਂਦੇ ਹੈਗੇ ਆ, ਪ੍ਰਸ਼ਾਸਨ ਵੀ ਸਾਡਾ ਸਾਥ ਦੇ ਰਿਹਾ, ਉਹ ਵੀ ਇਹੀ ਕਹਿ ਰਿਹਾ ਬਈ ਜਿਹੜੀ ਸੋਸ਼ਲ ਡਿਸਟੈਂਸ ਹੈ ਉਹ ਘੱਟ ਤੋਂ ਘੱਟ 1 ਮੀਟਰ, 1.5 ਮੀਟਰ, 2 ਮੀਟਰ ਜਿੰਨਾ ਵੀ ਪੋਸੀਬਲ ਹੈਗਾ ਉਹ ਹੋਣੀ ਚਾਹੀਦੀ ਹੈਗੀ ਆ। ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਹਾਂ, ਸਾਡੇ ਸਕੱਤਰ ਸਾਹਿਬ ਵੀ ਇਹੀ ਕੋਸ਼ਿਸ਼ ਕਰਦੇ ਨੇ, SDMP ਸਾਹਿਬ ਦਾ ਵੀ ਇਹੀ ਹਦਾਇਤਾਂ ਹੈਗੀਆਂ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਡਿਸਟੈਂਸ ਹੈਗਾ ਉਹ ਜ਼ਰੂਰੀ ਹੈ। ਪਰ ਸਬਜ਼ੀ ਮੰਡੀ ਦੇ ਵਿੱਚ ਆਪਾਂ ਉਹ ਕੁਛ ਨਹੀਂ ਕਰ ਸਕਦੇ ਹੈਗੇ, ਜਿਹੜੀਆਂ ਕਿਤਾਬੀ ਗੱਲਾਂ ਨੇ ਉਹ ਆਪਾਂ ਨਹੀਂ ਕਰ ਸਕਦੇ ਹੈਗੇ। ਇੱਥੇ ਮੇਨਟੇਨ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ, ਤੁਸੀਂ ਦੇਖ ਰਹੇ ਹੋ ਵੀ ਮਤਲਬ ਮੇਨਟੇਨ ਕਰਨ ਦੇ ਬਾਵਜੂਦ ਵੀ ਕਾਫੀ ਇੱਥੇ ਰਸ਼ ਮਹਿਸੂਸ ਹੋ ਰਿਹਾ ਹੈਗਾ। ਬਟ ਫਿਰ ਵੀ ਲੱਗੇ ਹੋਏ ਹਾਂ, ਜਿੱਦਾਂ ਵੀ ਪ੍ਰਸ਼ਾਸਨ ਕਹੂਗਾ ਹਦਾਇਤਾਂ ਦੇ ਹਿਸਾਬ ਨਾਲ ਅਸੀਂ ਤਾਂ ਰਹਿਣੀ ਹੈ, ਪਰ ਇੱਥੇ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਇਸ ਕਰਕੇ ਬਈ ਜਿਹੜੇ ਕੇਸ ਨੇ ਲੁਧਿਆਣੇ ਵੀ ਹੋਏ ਨੇ, ਡਰ ਲੱਗਦਾ ਇਸ ਗੱਲ ਤੋਂ ਵੀ ਕਿਤੇ ਇੱਥੇ ਕੋਈ ਨਿੱਕੀ ਵਾਲੀ ਗੱਲ ਨਾ ਹੋ ਜਾਵੇ। ਵੀ ਇੱਥੇ ਮੇਨਟੇਨ ਕਰਨਾ, ਭੀੜ ਨੂੰ ਮੇਨਟੇਨ ਕਰਨਾ ਬੜਾ ਮੁਸ਼ਕਿਲ ਹੈ ਜੀ। ਖੈਰ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਏਡੀਆਂ ਲਾਪਰਵਾਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਹੋਰ ਸਖਤੀ ਕਰਨ ਦੇ ਲਈ ਮਜਬੂਰ ਕਰਦੀਆਂ ਨੇ
ਜਾਂ ਫਿਰ ਲੋਕ ਖੁਦ ਹੀ ਘਰਾਂ ਦੇ ਵਿੱਚ ਟੇਕ ਕੇ ਬੈਠ ਸਕਦੇ ਨੇ। ਖੰਨਾ ਤੋਂ ਦ ਸਟੇਟ ਨਿਊਜ਼ ਦੇ ਲਈ ਪ੍ਰਭਜੋਤ ਭੱਟੀ ਦੀ ਰਿਪੋਰਟ।